lindo, grande. ਸਾਨੂੰ ਹੁਣ ਕਿਸੇ ਵੀ ਤਰੀਕੇ ਨਾਲ ਮੈਚ ਜਿੱਤਣਾ ਹੋਵੇਗਾ। ਓਏ, ਹਰ ਵਾਰੀ ਇੰਸਪੈਕਟਰ ਸਾਹਿਬ ਦੀ ਟੀਮ ਜਿੱਤ ਜਾਂਦੀ ਹੈ। ਜਿੱਤਦੀ ਨਹੀਂ ਆ, ਉਹ ਸ਼ੈਤਾਨ ਪੁਲਿਸ ਵਾਲਿਆਂ ਨੂੰ ਜਿਤਾ ਦਿੰਦੇ ਨੇ। ਹੌਲੀ ਬੋਲ, ਜੇ ਉਹਨਾਂ ਸੁਣ ਲਿਆ ਤਾਂ ਮਰ ਜਾਵਾਂਗੇ। ਛੱਡ, ਸ਼ੋਟ ਕੁਝ ਜ਼ਿਆਦਾ ਹੀ ਜ਼ੋਰ ਦੀ ਵੱਜ ਗਿਆ ਹੈ। ਲੱਗਦਾ ਹੈ ਆ ਰੱਸੀ ਮੇਰੇ ਵਾਸਤੇ ਹੀ ਸੁੱਟੀ ਗਈ ਆ। ਚੰਗਾ ਬੇਲੀਓ, ਖਿਆਲ ਰੱਖਿਓ ਆਪਣਾ। ਤੁਹਾਡੇ ਲੋਕਾਂ ਦੀ ਪੂਰੀ ਜ਼ਿੰਦਗੀ ਜੇਲ੍ਹ ਚ ਹੀ ਕੱਟੂਗੀ। ਪਤਾ ਨਹੀਂ ਤੁਸੀਂ ਮੇਰੀ ਇੰਨੀ ਵੱਡੀ ਮਦਦ ਕਿਉਂ ਕੀਤੀ। ਕੌਣ ਹੋ ਤੁਸੀਂ? ਮੈਂ ਕੋਈ ਵੀ ਹੋਵਾਂ, ਮੈਂ ਕੈਪਟਨ ਹੋਬੋ ਦਾ ਹੁਕਮ ਮੰਨ ਰਿਹਾ। ਕੈਪਟਨ ਹੋਬੋ, ਇੰਟਰਨੈਸ਼ਨਲ ਹੀਰਿਆਂ ਦਾ ਸਮਗਲਰ? ਯੈਸ, ਕੈਪਟਨ ਹੋਬੋ। ਤੁਹਾਨੂੰ ਹੁਣੇ ਹੀ ਕੈਪਟਨ ਹੋਬੋ ਦੇ ਨਾਲ ਚੱਲਣਾ ਪਏਗਾ। ਕੀ ਕਹਿ ਰਹੇ ਹੋ ਥਾਣੇਦਾਰ ਸਾਹਿਬ? ਬਿਲਕੁਲ ਹੈਲੀਕਾਪਟਰ ਨਾਲ ਚੱਕ ਕੇ ਲੈ ਗਏ ਇੰਟਰਨੈਸ਼ਨਲ ਕ੍ਰਿਮੀਨਲ ਵਾਂਗ। ਚੁੱਪ ਕਰ ਜਾ ਨਲਾਇਕਾ, ਇਹਨੂੰ ਲੈ ਕੇ ਸ਼ੈਤਾਨ ਜੇਲ੍ਹ ਵਿੱਚੋਂ 3 ਵਾਰੀ ਭੱਜ ਗਿਆ ਹੈ। ਹੁਣ ਸ਼ਾਇਦ ਮੇਰੀ ਨੌਕਰੀ ਚਲੀ ਜਾਊਗੀ। ਕੁਝ ਤੇ ਕਰੋ ਬੱਲੀ। ਖੜ ਜਾਓ, ਤੁਹਾਡੀ ਨੌਕਰੀ ਨਹੀਂ ਜਾਏਗੀ। ਹੈਲੀਕਾਪਟਰ ਤੋਂ ਰੱਸੀ ਸੱਟ ਕੇ ਉਹਨੂੰ ਲੈ ਗਏ ਜਮਾ ਆਕਾਸ਼ ਤੋਂ। ਇਹੀ ਤੇ ਸੋਚਣ ਵਾਲੀ ਗੱਲ ਹੈ ਟਿੰਕੇ। ਲੱਗਦਾ ਹੈ ਇਹਦੇ ਪਿੱਛੇ ਕੋਈ ਬਾਹਰਲੇ ਮੁਲਕ ਦਾ ਤਾਕਤਵਰ ਗੈਂਗ ਕੰਮ ਕਰ ਰਿਹਾ ਹੈ। ਇਹ ਕੀ ਕਹਿ ਰਿਹਾ ਬੱਲੀ? ਬਾਹਰਲੇ ਮੁਲਕ ਦਾ ਗੈਂਗ? ਦੇਸੀ ਹੋਂਡਾ ਤੇ ਹੈਲੀਕਾਪਟਰ ਆਂਦਾ ਕੀ? ਖੁਦਾ ਲਾਲ, ਜੇਲ੍ਹ ਦੀ ਕੰਧ ਤੋੜ ਕੇ ਭੱਜ ਜਾਂਦਾ ਤੇ ਤੁਸੀਂ ਉਹਨੂੰ ਫੜ ਕੇ ਫਿਰ ਤੋਂ ਜੇਲ੍ਹ ਚ ਪਾ ਦਿੰਦੇ। ਹੁਣ ਪਰਿੰਦਾ ਅਸਮਾਨ ਚ ਉੱਡੇਗਾ। ਮਿੰਕੇ, ਚੁੱਪ ਕਰੇਗਾ? ਪਰ ਉਹਨੂੰ ਜੇਲ੍ਹ ਤੋਂ ਭਜਾਉਣ ਚ ਮਦਦ ਕਿਹਨੇ ਕੀਤੀ? ਜੇਨ ਵੀ ਕੀਤੀ, ਕਿਉਂ ਕੀਤੀ ਤੇ ਉਸਨੂੰ ਕਿੱਥੇ ਲੈ ਗਏ ਹੋ? ਕੈਪਟਨ ਹੋਬੋ, ਤੇਰੀ ਸ਼ਕਲ ਵੇਖਣ ਲਈ ਇੰਨਾ ਪੈਸਾ ਲਾ ਕੇ ਤੈਨੂੰ ਜੇਲ੍ਹ ਤੋਂ ਚੱਕ ਕੇ ਇੱਥੇ ਲੈ ਕੇ ਆਏ ਆ। ਉਹ ਤੇ ਮੈਨੂੰ ਚੰਗੀ ਤਰ੍ਹਾਂ ਸਮਝ ਚ ਆ ਰਿਹਾ ਏ, ਲੇਕਿਨ ਫਿਰ ਵੀ ਜੇ ਤੁਸੀਂ ਕਿਰਪਾ ਕਰਕੇ ਵਜ੍ਹਾ ਦੱਸ ਦਿੰਦੇ ਤੇ। ਤੁਹਾਡੇ ਦੇਸ਼ ਚ ਅੰਡੇਮਾਨ ਲੈਂਡ ਦੇ ਉੱਤਰ ਦਿਸ਼ਾ ਚ ਪੁਰਤਗੀਜ਼ ਦਾ ਇੱਕ ਪੁਰਾਣਾ ਕਿਲਾ ਹੈਗਾ ਏ। ਕੀ ਤੁਸੀਂ ਮੈਨੂੰ ਉਸ ਕਿਲੇ ਚ ਭੇਜੋਗੇ? ਬਿਲਕੁਲ ਸਹੀ ਕਿਹਾ। ਕੱਲਾ ਭੇਜਣਗੇ ਹੀ ਨਹੀਂ, ਉਸ ਕਿਲੇ ਚ ਬਹੁਤ ਸਾਰੇ ਹੀਰੇ ਛੁਪੇ ਹੋਏ ਨੇ।
ਉਹ ਹੀਰੇ ਮੈਨੂੰ ਚਾਹੀਦੇ ਨੇ। ਉਹ ਕੰਮ ਤਾਂ ਤੁਹਾਡੇ ਲੋਕ ਵੀ ਕਰ ਸਕਦੇ ਨੇ ਨਾ? ਨਹੀਂ ਨਹੀਂ ਕਰ ਸਕਦੇ, ਕਿਉਂਕਿ ਉਹ ਕਿਲਾ ਅੰਡਮਾਨ ਦੇ ਜਾਲਿਮ ਆਦੀਵਾਸੀਆਂ ਦੇ ਕਬਜ਼ੇ ਵਿੱਚ ਹੈਗਾ ਏ। ਉਹ ਲੋਕ ਸਾਡੇ ਵਰਗੇ ਚਿੱਟੇ ਰੰਗ ਦੇ ਬਾਹਰਲੇ ਵਿਦੇਸ਼ੀਆਂ ਨੂੰ ਟੋਟੇ ਟੋਟੇ ਕਰਕੇ ਖਾ ਜਾਣਗੇ। ਸਮਝ ਗਿਆ, ਇਸ ਕਰਕੇ ਤੁਸੀਂ ਲੋਕਾਂ ਨੂੰ ਇੱਕ ਇੰਡੀਅਨ ਚੋਰ ਦੀ ਲੋੜ ਸੀ। ਕੱਲ ਹੀ ਅਸੀਂ ਲੋਕ ਤੁਹਾਨੂੰ ਉਸ ਦੀਪ ਚ ਛੱਡ ਕੇ ਆਵਾਂਗੇ। ਅੱਜ ਸਾਰਾ ਦਿਨ ਖਾ ਪੀ ਕੇ ਤਗੜੇ ਹੋ ਜਾਓ। ਆ ਵੇਖ ਬੱਲੀ, ਕੱਲ ਜਿੰਨੇ ਵੀ ਪਲੇਨ ਸਾਡੇ ਦੇਸ਼ ਦੇ ਉੱਤੋਂ ਦੀ ਲੰਘਣਗੇ ਉਹਨਾਂ ਦਾ ਰਿਕਾਰਡ। ਲੇਕਿਨ ਇੱਥੇ ਤੇ ਕਿਧਰੇ ਪਲੇਨ ਦੇ ਬਾਰੇ ਨਹੀਂ ਲਿਖਿਆ ਹੋਇਆ ਹੈ। ਇੰਡੀਅਨ ਰਡਾਰ ਤੋਂ ਇੰਟਰਨੈਸ਼ਨਲ ਹੈਲੀਕਾਪਟਰ ਫੜਿਆ ਨੀ ਗਿਆ ਬੱਲੀ ਵੀਰੇ? ਵਿੰਕੇ, ਇਹ ਲੋਕ ਜ਼ਿਆਦਾ ਬੋਲਦੇ ਨੇ। ਆ ਮੁੰਡਾ, ਤੁਸੀਂ ਇੱਕ ਕੰਮ ਕਰੋ ਥਾਣੇਦਾਰ ਸਾਹਿਬ, ਅਖਬਾਰ 'ਚ, ਟੀਵੀ 'ਚ, ਰੇਡੀਓ 'ਚ ਹਰ ਥਾਂ ਖਬਰ ਅਨਾਊਂਸ ਕਰਵਾ ਦਿਓ ਕਿ ਜਿਹੜਾ ਵੀ ਉਸ ਕੈਦੀ ਨੂੰ ਲੱਭ ਕੇ ਲਿਆਏਗਾ ਉਸਨੂੰ 5 ਲੱਖ ਰੁਪਏ ਇਨਾਮ ਦਿੱਤਾ ਜਾਏਗਾ। 5 ਲੱਖ? ਇਹ ਕੁਝ ਜ਼ਿਆਦਾ ਹੀ ਨਹੀਂ ਹੋ ਗਿਆ? ਇਸ ਕਰਕੇ ਤੁਹਾਡੀ ਇਹ ਹਾਲਤ ਹੈ ਅੱਜ? ਬੱਲੀ ਵੀਰੇ ਜਿੱਦਾਂ ਕਹਿ ਰਹੇ ਹੋ ਉਦਾਂ ਹੀ ਕਰੋ। ਬੱਲੀ ਵੀਰੇ, ਇਨਾਮ ਸਾਨੂੰ ਜਿਤਨਾ ਹੀ ਪਏਗਾ। ਬਿਲਕੁਲ ਨਹੀਂ। ਮਤਲਬ? ਕਿਉਂਕਿ ਉਹ ਇਨਾਮ ਹੀ ਹੋਵੇਗਾ ਮੇਰਾ ਜਾਲ। ਜਾਲ ਆਹਰਿਆ ਅੰਡਮਾਨ ਨਿਕੋਬਾਰ ਦੀਪ, ਤੁਹਾਡੀ ਇਹ ਡਾਇਰੈਕਸ਼ਨ ਹੈ, ਤਿਆਰ ਹੋ ਜਾਓ ਉਤਰਨ ਦੇ ਲਈ। ਲੇਕਿਨ ਮੈਂ ਅੰਡਮਾਨ ਨਿਕੋਬਾਰ ਦੀਪ ਤੇ ਪਹੁੰਚੂਗਾ ਕਿਵੇਂ? ਦੱਸੋ। ਉਹਦਾ ਇੰਤਜ਼ਾਮ ਤਾਂ ਤੁਹਾਨੂੰ ਹੀ ਕਰਨਾ ਪਵੇਗਾ। ਕੈਪਟਨ ਹੁਬੋ ਦੇ ਹੁਕਮ ਦੀ ਪਾਲਣਾ ਹੋਣੀ ਚਾਹੀਦੀ ਹੈ, ਨਹੀਂ ਤੇ ਪੂਰੀ ਜ਼ਿੰਦਗੀ ਇਸੇ ਸੁਨਸਾਨ ਦੀਪ 'ਚ ਰਹਿਣਾ ਪਵੇਗਾ। ਇਸ ਤੋਂ ਤਾਂ ਚੰਗਾ ਸੀ ਮੈਂ ਜੇਲ੍ਹ ਵਿੱਚ ਹੀ ਰਹਿੰਦਾ। ਤਾਂ ₹5 ਲੱਖ ਦੇ ਐਲਾਨ ਤੋਂ ਬਾਅਦ ਵੀ ਹੁਣ ਤੱਕ ਕੋਈ ਵੀ ਉਸ ਕੈਦੀ ਦਾ ਪਤਾ ਨਹੀਂ ਲਗਾ ਪਾਇਆ। ਅਰੇ, ਇਹ ਗੱਡੀ ਵਾਲਾ ਅਜੀਬ ਤਰ੍ਹਾਂ ਹਾਰਨ ਕਿਉਂ ਵਜਾ ਰਿਹਾ ਹੈ? ਇਹ ਲੱਗਦਾ ਇਹ ਗੱਡੀ ਮੈਨੂੰ ਹੀ ਫੋਲੋ ਕਰ ਰਹੀ ਹੈ। ਮੈਨੂੰ ਸਪੀਡ ਵਧਾਉਣੀ ਪੈਣੀ ਹੈ।
ਇਹ ਤੁਸੀਂ ਕੀ ਕਹਿ ਰਹੇ ਹੋ? ਬਿਲਕੁਲ ਠੀਕ ਕਹਿ ਰਿਹਾ ਬੱਲੀ ਵੀਰੇ, ਥਾਣੇਦਾਰ ਸਾਹਿਬ ਲਾਪਤਾ ਨੇ, ਉਹਨਾਂ ਦੇ ਉੱਤੇ ਗੋਲੀ ਵੀ ਚਲਾਈ। ਹਾਂ ਬੱਲੀ ਵੀਰੇ, ਦੀ ਗੱਡੀ ਦੇ ਉੱਤੇ ਚੜਿਆ ਵੀ ਉਹ। ਤਾਂ ਫੇਰ ਇਹ ਕੰਮ ਉਹਨਾਂ ਬਦਮਾਸ਼ਾਂ ਦਾ ਹੀ ਹੈ। ਮਤਲਬ ਤੁਸੀਂ ਕਿਹੜੇ ਬਦਮਾਸ਼ ਦੀ ਗੱਲ ਕਰ ਰਹੇ ਹੋ? ਜਿਨ੍ਹਾਂ ਨੇ ਉਸ ਮੁਜਰਮ ਨੂੰ ਜੇਲ੍ਹ ਤੋਂ ਭਜਾਉਣ ਦੀ ਮਦਦ ਕੀਤੀ ਹੈ। ਤੁਸੀਂ ਕੀ ਕਹਿੰਦੇ ਪਏ ਹੋ ਬੱਲੀ ਵੀਰੇ? ਤੇ ਕਿਸੇ ਹੋਰ ਦਾ ਵੀ ਕੰਮ ਹੋ ਸਕਦਾ ਹੈ ਬੱਲੀ ਵੀਰੇ, ਮੈਨੂੰ ਤੇ ਸ਼ੱਕ ਹੋ ਰਿਹਾ ਹੈ ਉਹ ਅਪਰਾਧੀ ਜੇਲ੍ਹ ਤੋਂ ਫਰਾਰ ਹੋ ਗਿਆ ਹੈ, ਤੇ ਇਸ ਮੌਕੇ ਦਾ ਫਾਇਦਾ ਚੱਕ ਕੇ ਕਿਸੇ ਹੋਰ ਨੇ ਐਸ ਆਈ ਸਾਹਿਬ ਨੂੰ ਕਿਡਨੈਪ ਕਰ ਲਿਆ ਹੈ। ਇਹ ਵੀ ਹੋ ਸਕਦਾ ਹੈ। ਵੈਸੇ ਇਹ ਜੋ ਵੀ ਹੋਇਆ ਸਾਰਾ ਕਾਲਾ ਮਾਲਾ ਹੋ ਗਿਆ। ਚਲੋ ਅਸੀਂ ਉਸੇ ਥਾਂ ਤੇ ਚੱਲਦੇ ਹਾਂ, ਸ਼ਾਇਦ ਸਾਨੂੰ ਕੋਈ ਸੁਰਾਗ ਮਿਲ ਜਾਵੇ। ਹਾਂ ਬੱਲੀ ਵੀਰੇ, ਹਾਂ ਛੇਤੀ ਚਲੋ ਬੱਲੀ ਵੀਰੇ। ਕਿੰਨੀ ਸੁਨਸਾਨ ਥਾਂ ਏ, ਇੱਕ ਚਿੜੀ ਤੱਕ ਦੀ ਬੋਲਣ ਦੀ ਆਵਾਜ਼ ਨਹੀਂ ਆ ਰਹੀ ਹੈ। ਹੈ ਹੈ ਇਹ ਕਿਲਾ ਹੈ ਕਿੱਥੇ? ਓਏ ਉਹ ਰਿਹਾ, ਉਹ ਤੇ ਪਾਣੀ ਦੇ ਵਿੱਚੋਂ ਵਿੱਚ ਹੈ, ਲੇਕਿਨ ਉੱਥੇ ਜਾਣਾ ਤਾਂ ਬਹੁਤ ਮੁਸ਼ਕਿਲ ਹੈ। ਪਰ ਮੈਂ ਉੱਥੇ ਜਾਵਾਂਗਾ ਕਿੱਦਾਂ? ਵੇਖਿਆ ਬੱਲੀ ਵੀਰੇ, ਉਹਨਾਂ ਨੇ ਥਾਣੇਦਾਰ ਸਾਹਿਬ ਤੇ ਗੋਲੀਆਂ ਚਲਾਈ ਸੀ। ਹਾਂ, ਪਰ ਸਿਰਫ ਡਰਾਉਣ ਵਾਸਤੇ, ਜਾਨ ਨੂੰ ਮਾਰਨ ਵਾਸਤੇ ਨਹੀਂ। ਐਸਆਈ ਸਾਹਿਬ ਵਰਗੇ ਡਰਪੋਕ ਬੰਦੇ ਨੂੰ ਇਸ ਤਰ੍ਹਾਂ ਕਿਡਨੈਪ ਕਰਨ ਦਾ ਕੀ ਫਾਇਦਾ? ਕਿਉਂਕਿ ਉਹ ਮੁਜਰਮ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਸੀ। ਹਾਂ ਸਹੀ ਕਿਹਾ ਬੱਲੀ ਵੀਰੇ, ਇਹ ਤੇ ਮੈਂ ਸੋਚਿਆ ਹੀ ਨਹੀਂ। ਬੱਲੀ ਭਾਜੀ, ਪਰੇ ਹੋ ਜਾਓ। ਬੱਲੀ ਵੀਰੇ, ਸਾਵਧਾਨ। ਇਹ ਸਪੀਡ ਬੋਟ ਮੇਰੇ ਵਾਸਤੇ ਹੀ ਰੱਖੀ ਸੀ। ਬਦਮਾਸ਼ ਹੁਗੋ ਨੇ ਪਹਿਲਾਂ ਤੋਂ ਹੀ ਸਾਰਾ ਇੰਤਜ਼ਾਮ ਕਰ ਰੱਖਿਆ ਸੀ। ਆ ਕੀ, ਕਿਲੇ ਦਾ ਗੇਟ ਤਾਂ ਬੰਦ ਆ, ਇਹ ਤਾਂ ਮੈਜਿਕ ਹੈ। ਤਾਂ ਫਿਰ ਕੀ ਕਿਲੇ ਵਿੱਚ ਕੋਈ ਹੋਏਗਾ? ਮਿਲ ਗਿਆ, ਮਿਲ ਗਿਆ। ਕੀ ਮਿਲਿਆ ਹੈ? ਕੀ ਮਿਲਿਆ ਬੱਲੀ ਵੀਰੇ? ਅੰਦਮਾਨ। ਅੰਦਮਾਨ? ਅੰਦਮਾਨ? ਹਾਂ ਅੰਦਮਾਨ। ਅੰਦਮਾਨ ਦੇ ਜਰਵਾ ਆਦਿਵਾਸੀ ਲੋਕ ਏਦਾਂ ਦੇ ਤੀਰਾਂ ਦਾ ਇਸਤੇਮਾਲ ਕਰਦੇ ਨੇ। ਇਹੀ ਗੱਲ ਮੈਨੂੰ ਇੰਨੀ ਦੇਰ ਤੋਂ ਯਾਦ ਨਹੀਂ ਆ ਰਹੀ ਸੀ। ਕੀ ਮਤਲਬ? ਇਸ ਦਾ ਰਹੱਸ ਅੰਦਮਾਨ ਵਿੱਚ ਹੈ। ਉਹਨਾਂ ਬਦਮਾਸ਼ਾਂ ਦਾ ਹੋ ਨਾ ਹੋ ਅੰਦਮਾਨ ਨਾਲ ਕਨੈਕਸ਼ਨ ਹੈ। ਉੱਥੋਂ ਹੀ ਉਹਨਾਂ ਨੂੰ ਇਹ ਤੀਰ ਮਿਲਿਆ ਹੈ। ਫਿਰ ਅਸੀਂ ਲੋਕੀ ਕੀ ਕਰਾਂਗੇ ਬੱਲੀ ਵੀਰੇ? ਅਸੀਂ ਅੰਦਮਾਨ ਜਾਵਾਂਗੇ। ਮੈਨੂੰ ਪੱਕਾ ਯਕੀਨ ਹੈ ਅੰਦਮਾਨ ਵਿੱਚ ਹੀ ਉਹਨਾਂ ਦਾ ਅੱਡਾ ਹੈ। ਅੰਦਮਾਨ ਨਿਕੋਬਾਰ ਦੀਪ ਕਹਿੰਦੇ ਪਏ ਹੋ? ਹਾਂ। ਹਾਏ ਰੱਬਾ, ਇਹ ਤਾਂ ਸੱਤ ਰਾਜਾਂ ਦਾ ਖਜ਼ਾਨਾ ਹੈ। ਇੰਨੇ ਸਾਰੇ ਹੀਰੇ, ਉਸ ਬਦਮਾਸ਼ ਹੁਗੋ ਨੂੰ
ਇਸ ਬਾਰੇ ਚ ਪਤਾ ਕਿੱਥੋਂ ਲੱਗਿਆ? ਚਾਰੋਂ ਪਾਸੇ ਹੀਰੇ ਹੀਰੇ ਤੇ ਸਿਰਫ ਕੱਲੇ ਹੀਰੇ, ਅਸਲੀ ਹੀਰੇ। ਇਹ ਕੀ ਦਰੋਗਾ ਬਾਬੂ, ਤੁਸੀਂ? ਨਦੀਆਂ ਚਲੇ ਚਲੇ ਵੇ ਤਾਰਾ, ਤੈਨੂੰ ਚੱਲਣਾ ਪਊਗਾ, ਤੈਨੂੰ ਚੱਲਣਾ ਪਊਗਾ। ਜੀਵਨ ਕਿੱਥੇ ਵੀ ਖੜਦਾ ਨਹੀਂ ਹੈ, ਆਂਧੀ ਤੇ ਤੂਫਾਨ ਤੋਂ ਡਰਦਾ ਨਹੀਂ ਹੈ। ਤੂੰ ਨਾ ਚੱਲੇਗਾ ਤਾਂ ਚੱਲ ਜਾਏਗੀ ਰਾਵਾ, ਮੰਜ਼ਿਲ ਨੂੰ ਤਰਸਣਗੀ ਤੇਰੀਆਂ ਨਿਗਾਵਾਂ। ਤੈਨੂੰ ਚੱਲਣਾ ਪਊਗਾ, ਤੈਨੂੰ ਚੱਲਣਾ ਪਊਗਾ। ਨਦੀਆਂ ਚਲੇ ਚਲੇ ਰੇ ਤਾਰਾ, ਤੈਨੂੰ ਚੱਲਣਾ ਪਊਗਾ। ਗੋਲੀ ਦੋ ਗ੍ਰੇਟ ਟਿੰਕੇ ਮਿੰਕੇ, ਅੰਦਮਾਨ ਜਰਵਾ ਦਾ ਦੀਪ। ਅਸੀਂ ਪਹੁੰਚ ਗਏ ਹਾਂ ਬੱਲੀ ਵੀਰੇ। ਥਾਣੇਦਾਰ ਸਾਹਿਬ, ਜੋ ਤੁਸੀਂ ਸਮਝ ਰਹੇ ਹੋ ਨਹੀਂ ਹੈ। ਉਹ ਬਦਮਾਸ਼ ਹੂਗੋ ਹੀ ਸਾਨੂੰ, ਮਤਲਬ ਸਾਨੂੰ ਦੋਨਾਂ ਨੂੰ ਇੱਥੇ ਲੈ ਕੇ ਆਇਆ ਏ। ਤੈਨੂੰ ਉਹ ਲੈ ਕੇ ਆਇਆ ਹੋਊਗਾ, ਪਰ ਮੈਨੂੰ ਤੂੰ ਲੈ ਕੇ ਆਇਆ। ਮੈਂ ਤੇਰੇ ਕਰਕੇ ਹੀ ਤਾਂ ਉਹਨੇ ਮੈਨੂੰ। ਜਦ ਮੈਂ ਇੱਥੇ ਆ ਹੀ ਗਿਆ ਹਾਂ ਥਾਣੇਦਾਰ ਸਾਹਿਬ, ਜੇ ਤੁਸੀਂ ਰਜਾ ਮੰਦੋ ਤੇ ਦੋ ਤਿੰਨ ਹੀਰਿਆਂ ਦੇ ਬੈਗ ਭਰ ਕੇ ਸਾਡੇ ਲਈ ਰੱਖ ਦੇਣਗੇ, ਤੇ ਫਿਰ ਨਾ ਤੁਹਾਨੂੰ ਪੁਲਿਸ ਦੀ ਨੌਕਰੀ ਕਰਨੀ ਪਏਗੀ ਤੇ ਨਾ ਮੈਨੂੰ ਵੀ ਕੋਈ ਕੰਮ ਕਰਨਾ ਪਊਗਾ। ਚੁੱਪ ਕਰ ਬੱਲੀ ਵੀਰੇ, ਸਾਨੂੰ ਹੋਰ ਕਿੰਨਾ ਚੱਲਣਾ ਪਊਗਾ ਦੱਸੋ ਤੇ। ਮੇਰੇ ਪੈਰਾਂ ਵਿੱਚ ਬਹੁਤ ਭੀੜ ਹੋ ਰਹੀ ਹੈ। ਹਾਂ ਬੱਲੀ ਵੀਰੇ, ਮੈਨੂੰ ਵੀ ਦਰਦ ਹੋ ਰਿਹਾ ਹੈ। ਚੁੱਪ ਕਰੋ, ਮੈਨੂੰ ਯਕੀਨ ਹੈ ਉਹਨਾਂ ਦਾ ਅੱਡਾ ਇੱਥੇ ਕਿਤੇ ਹੋਣਾ ਹੈ। ਓ ਵੇਖ ਮਿੰਕੇ, ਮੈਂ ਸਹੀ ਕਿਹਾ ਸੀ, ਹੈਲੀਕਾਪਟਰ ਦਾ ਪਿੱਛਾ ਕਰਦੇ ਆ। ਹਾਂ ਬੱਲੀ ਵੀਰੇ, ਪਿੱਛਾ ਕਰਨਾ ਹੀ ਪਊਗਾ। ਆ ਜਾਓ ਆ ਜਾਓ। ਓ ਵੇਖੋ ਬੱਲੀ ਵੀਰੇ, ਸਾਨੂੰ ਹੁਣੇ ਉੱਥੇ ਪਹੁੰਚਣਾ ਪੈਣਾ ਹੈ। ਕਿੱਦਾਂ? ਤੁਸੀਂ ਮੇਰੀ ਪਿੱਠ ਤੇ ਚੜ ਜਾਓ, ਛੇਤੀ ਛੇਤੀ। ਥੋੜੇ ਸਾਰੇ ਬੈਗ ਬਾਹਰ ਕੱਢੋ। ਓਏ ਥਾਣੇਦਾਰ ਸਾਹਿਬ, ਬੈਗ ਨੂੰ ਹੈਲੀਕਾਪਟਰ ਦੀ ਰੱਸੀ ਨਾਲ ਬੰਨਾਂਗੇ, ਚਲੋ ਸ਼ੁਰੂ ਕਰੋ। ਹਾਇਓ ਰੱਬਾ, ਮੈਂ ਕਿਉਂ? ਗੋਲੀ ਦੋ ਗ੍ਰੇਟ। ਖਬਰਦਾਰ ਖਬਰਦਾਰ, ਜੇ ਇੱਕ ਵੀ ਕਦਮ ਅੱਗੇ ਵਧੇ ਤਾਂ ਮੈਂ ਇਸ ਥਾਣੇਦਾਰ ਦੀ ਖੋਪੜੀ ਉਡਾ ਦਿਆਂਗਾ।
ਬਚਾਓ। ਨਹੀਂ ਨਹੀਂ, ਉਹਨਾਂ ਨੂੰ ਬਚਾਉਣਾ ਹੀ ਪਊਗਾ। ਚੱਲ ਹੁਣ ਸਿੱਧੇ ਸਾਡੇ ਸ਼ਹਿਰ ਚੱਲੀਏ। ਨਹੀਂ, ਸਾਨੂੰ ਲੈ ਕੇ ਚੱਲ ਆਪਣੇ ਕੈਪਟਨ ਹੂਗੋ ਦੇ ਅੱਡੇ ਤੇ। ਹੁਣ ਉਹਦੀ ਵਾਰੀ ਹੈ, ਸਾਰਿਆਂ ਨੂੰ ਫੜਾਂਗੇ। ਬੱਲੀ ਵੀਰੇ, ਜੁਗ ਜੁਗ ਜੀਓ। ਫਿਰ ਤੋਂ ਹੋਏਗਾ ਬੱਲੀ ਦੋ ਗ੍ਰੇਟ।